ਕਹਿੰਦੇ ਨੇ ਕਿ ਕਾਲਾ ਚੋਲਾ ਪਾ ਕੇ ਸਦੀ ਫਰਮਾਇਸ਼। ਅੱਛਾ ਜੀ, ਫਰਮਾਇਸ਼ ਹੈ ਕਿ ਇਹ ਫਰਮਾਇਸ਼ ਹੈ ਜੀ। ਬੇਗਮ ਨੂੰ ਪਤਾ ਨਹੀਂ ਲਿਆ, ਸਮਝ ਰਹੇ ਹੋ। ਅਸਲਾਮ ਵਾਲੇਕੁਮ ਅਤੇ ਵਿਵਿਧ ਨਿਊ ਵਲੋਗ ਦੇ ਨਾਲ ਅਸੀਂ ਹਾਜ਼ਰ ਹਾਂ। ਅਤੇ ਤੁਸੀਂ ਜਿਹੜੇ ਦੋਸਤਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਵੀ ਕਰ ਲਓ। ਅਤੇ ਅੱਜ ਸਾਨੂੰ ਇੱਕ ਪਤਾ ਚੱਲਿਆ ਵੇ ਕਿ ਇੱਕ ਨਾ ਬਜ਼ੁਰਗ ਨੇ ਦਮ ਕਰਦੇ ਨੇ ਗੁਰਦਿਆਂ ਦੇ ਦਰਦ ਦਾ। ਅਤੇ ਉਹ ਪਤਾ ਨਹੀਂ ਕਿ ਨਾਮ ਮੈਨੂੰ ਪੱਕਾ ਨਹੀਂ ਪਤਾ ਹੈ ਕਿ ਓਲਾ ਬਾਬਾ ਚੁਟਕੀ ਵਾਲਾ ਕਿ ਕੀ ਇਹ ਨਾਮ ਤੋਂ। ਅਤੇ ਹੁਣ ਅਸੀਂ ਉੱਧਰ ਜਾ ਰਹੇ ਹਾਂ ਦਮ ਕਰਾਂ, ਅਤੇ ਫਿਰ ਉੱਥੇ ਜਾ ਕੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਸਾਨੂੰ ਕਿਸਾ ਲੱਗਾ, ਫੀਲ ਹੋਇਆ ਵੇ। ਵੀਰ ਅਸੀਂ ਹੁਣ ਐਡਰੈਸ ਤੋਂ ਲੈ ਰਹੇ ਹਾਂ ਵੇ, ਵੀਰਕ ਚੌਂਕ ਦਾ ਵੇ ਐਡਰੈਸ, ਅਤੇ ਚੁਟਕੀ ਵਾਲਾ ਬਾਬਾ। ਹੁਣ ਜਾ ਕੇ ਤੁਹਾਨੂੰ ਦੇਖਦੇ ਹਾਂ ਜਾ ਕੇ ਕਿ ਸਾਨੂੰ ਲੱਭਦਾ ਕਿ ਅਸੀਂ ਤਾਜ਼ੀਆਬਾਦ ਆ ਗਏ ਹਾਂ। ਹੁਣ ਬਗਦਾਦੀ ਤੋਂ ਚੌਂਕ ਜਾ ਰਹੇ ਹਾਂ ਜਿੱਧਰ ਐਡਰੈਸ। ਲਓ ਜੀ, ਸਾਨੂੰ ਐਡਰੈਸ ਦਾ ਪਤਾ ਚੱਲ ਗਿਆ। ਪੰਜ ਨੰਬਰ ਗਲੀ ਦੱਸਿਆ, ਪੰਜ ਨੰਬਰ ਗਲੀ ਦੀ ਚੁਟਕੀ ਵਾਲਾ ਬਾਬਾ। ਤੋਂ ਉਹਨਾਂ ਦਾ ਬਜ਼ੁਰਗ ਅਤੇ ਆ ਬਾਬਲਪੁਰ ਗਏ ਹੋਏ ਨੇ। ਉਹਨਾਂ ਦਾ ਨੰਬਰ ਅਸੀਂ ਲੈ ਆਉਂਦਾ ਉਹਨਾਂ ਦੇ ਬੇਟੇ ਦਾ, ਫਿਰ ਅਸੀਂ ਕੱਲ੍ਹ ਜਾਂ ਪਰਸੋਂ ਆਉਣਗੇ। ਕਦੇ ਵੀ ਮੈਂ ਉਹਨਾਂ ਕੋਲ ਪੁੱਛਿਆ ਕਿ ਕੋਈ ਮੈਡੀਸਨ ਵੀ ਨਾਲ ਕੋਈ ਦਿੰਦੇ ਆ ਕਿ ਨਹੀਂ, ਕਹਿੰਦੇ ਨਹੀਂ ਸਿਰ ਦਮ ਹੀ ਕਰਦੇ ਨੇ ਜੀ। ਅਸੀਂ ਸ਼ਾਪ 'ਤੇ ਆ ਗਏ, ਅਸੀਂ ਪਹੁੰਚ ਗਏ ਇੱਥੇ ਬਲੇਕ ਲਗਾ ਖੋਲ ਹੀ ਲਿਆ ਯਾਰ ਹੈ। ਆਪਣੀ ਦੁਕਾਨ 'ਤੇ ਲਾਈਟ ਵੀ ਚਲਾ ਦੇ ਯਾਰ। ਵੀਰ ਇੱਕ ਦੋਸਤ ਦੀ ਕਦੋਂ ਫੋਤ ਵੀ ਹੋਈ ਹੈ, ਅਤੇ ਅਸੀਂ ਜਲਾਲਾਪੁਰਮ ਜਾ ਰਹੇ ਹਾਂ ਆਪਣੇ ਕਰੀਬ ਹੀ ਹੀਰਾ ਮਸਜਿਦ। ਅਤੇ ਲਓ ਵੀਰ ਅਸੀਂ ਇੱਕ ਬੱਸਾਂ ਆ ਗਏ ਸੀਗਾ, ਚਲੋ ਫਾਤਿਆ ਵੀ ਪੜ੍ਹਦੇ ਜਾਈਏ। ਵਾਲਦਾ ਦੀ ਕਬਰ ਅਤੇ ਦਾਦੀ ਦੀ ਭਾਈ ਦੀ ਰਸਤਾ ਵੀ ਨਹੀਂ ਹੈ। ਅਸੀਂ ਵਾਲਦਾ ਦੀ ਕਬਰ 'ਤੇ ਆ ਗਏ ਸੀ। ਵਾਲਦਾ ਦੀ ਕਬਰ ਦੇ ਨਾਲ ਫੁੱਫੀ ਦੀ ਸਾਡੀ, ਅਤੇ ਇੱਧਰ ਰਮਦਾਨ ਭਾਈ ਦੀ ਹੈ, ਕਹਿ ਲਓ ਕਿ ਇਕੱਠੀ ਕਬਰਾਂ। ਪਹਿਲੇ ਫੁੱਫੀ ਦੀ ਸੀ, ਫਿਰ ਉਹਦੇ ਅਸੀਂ ਵਾਲਦਾ ਦੀ ਫਿਰ ਕੀਤੀ, ਉਸ ਤੋਂ ਬਾਅਦ ਤੀਸਰੀ ਅਸੀਂ ਫਿਰ ਰਮਦਾਨ ਭਾਈ ਦੀ ਕੀਤੀ। ਉਹਦਾ ਚੋਇਸ ਸਾਹਿਬ ਦੀ ਵੀ ਹੋਇਆ ਸੀ, ਮੁਹੰਮਦ ਅਸ਼ਰਫ ਸਾਹਿਬ, ਅਤੇ ਫਾਤਿਹਾ ਕਰਦੇ ਇੱਧਰ ਜੀ ਤਾਲਬ ਸਾਹਿਬ ਦੀ, ਤਾਲਬ ਭੱਟ ਸਾਹਿਬ ਅਤੇ ਖਾਲਸ ਭੱਟ ਸਾਹਿਬ। ਅਤੇ ਹੁਣ ਅਸੀਂ ਜਾਂਦੇ ਜੀ ਆਪਣੇ ਭਾਈ ਬੜੇ ਭਾਈ ਦੀ ਜੀ ਦੇਵ। ਸ਼ੋਕਰ ਡਾਰ ਸਾਹਿਬ ਅਤੇ ਸਾਡੀ ਦਾਦੀ ਜੀ ਨਸੀਬ ਖਾਤੂਨ, ਅਤੇ ਇਹਨਾਂ ਦੀ ਵੀ ਫਾਤਿਹ ਬਣੀ। ਅਤੇ ਵੀਰ ਅਸੀਂ ਇਹ ਦੁਪਹਿਰ ਦਾ ਖਾਣਾ ਖਾ ਰਹੇ ਹਾਂ ਅਚਾਰ ਅਤੇ ਖਮੀਰ ਦੀ ਰੋਟੀ ਨਾਲ, ਸਾਡਾ ਇਹ ਦਿਲ ਕਰ ਰਿਹਾ ਡਾਰ ਸਾਹਿਬ। ਗਰਮੀ ਨੇ ਵੀ ਅਤੇ ਮੌਸਮ ਵੈਸੇ ਕੱਲ੍ਹ ਦਾ ਸੈੱਟ ਹੋ ਗਿਆ ਅਲਹਮਦੁਲਿਲਾ। ਅਤੇ ਕੀ ਵੈਸੇ ਤੁਸੀਂ ਬੜੇ ਕਾਲੇ ਸੂਟ ਪਾਏ ਆ ਜੀ, ਕਹਿ ਲੈ ਬੇਗਮ ਨੂੰ ਪਤਾ ਨਹੀਂ। ਮੈਂ ਤੇ ਬਲੈਕ ਸ਼ਰਟ ਜੀ ਪਹਿਨੀ ਹੋਈ ਹੈ ਕਾਲਾ ਚ। ਅਗਲਾ ਝੂਠ ਬੋਲੋ, ਕਿਹੜਾ ਬੋਲਣਾ ਤੂੰ ਛੱਡੋ ਝੂਠ ਯਾਰ, ਕਾਹਦਾ ਬੋਲਣਾ, ਲਾਈਟ ਬੰਦ ਵੇ। ਅੱਛਾ ਜੀ, ਤੇ ਬਾਹਰ ਬੈਠੇ ਆ ਦੁਕਾਨ ਤੇ। ਠੀਕ ਹੈ, ਸ਼ੁਕਰ ਲਾਦਾ ਮੌਸਮ। ਹਾਂ ਨਹੀਂ, ਮੌਸਮ ਤੇ ਅਲਹਮਦੁਲਿਲਾ ਅਜੇ ਬਹੁਤ ਬਿਹਤਰ ਵੇ, ਫਸਟ ਕਲਾਸ ਹੋਇਆ ਮੌਸਮ ਤੇ। ਉਸ ਤੋਂ ਲਾਈਟ ਬੰਦ ਸੀ, ਅਸੀਂ ਵੀਡੀਓ ਵੀ ਅਪਲੋਡ ਕਰਨੀ ਸੀ ਆਪਣੀ
ਆਪਣੀ ਵੀਡੀਓ ਵੀ ਅਪਲੋਡ ਨਹੀਂ ਕੀਤੀ ਸੀ, ਕਹਿੰਦੇ ਕਿ ਲਾਈਟ ਆਉਂਦੀ ਤਾਂ ਫਿਰ ਕਰਦੇ ਹਾਂ, ਫਿਰ ਜਾ ਕੇ ਕਰ ਦੇਵਾਂਗੇ ਸ਼ੋਪ 'ਤੇ, ਪਰ ਹਾਲੇ ਤੱਕ ਲਾਈਟ ਨਹੀਂ, ਟਰਾਂਸਫਾਰਮਰ ਉੱਡਿਆ ਹੈ ਫਿਰ ਤਾਂ ਪਤਾ ਵਾਪਟਾਂ ਦੇ ਕਿੰਨੇ ਕੁ ਫਾਸਟ ਵੇ ਪਾਕਿਸਤਾਨ ਦੇ ਵਿੱਚ ਦੇ ਇੰਤਜ਼ਾਰ ਜੀ ਕਿ ਲਾਈਟ ਆਈ ਨਹੀਂ ਅਤੇ ਸੀਗੇ ਚਲੋ ਅਸੀਂ ਆਪਣੇ ਜਰਾਇਜ ਦੇ ਵਲੋਗ ਤਾਂ ਇੱਥੇ ਖਤਮ ਕਰਦੇ ਹਾਂ, ਅਤੇ ਸਾਡੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ, ਔਰ ਨੀਚੇ ਰੈਡ ਦੇ ਬਟਨ ਲਿਖਿਆ ਦਾ ਸਬਸਕ੍ਰਾਈਬ ਦਾ, ਉਹਨੂੰ ਸਬਸਕ੍ਰਾਈਬ ਲਾਜ਼ਮੀ ਕਰੀਓ, ਲਾਜ਼ਮੀ ਕਰੀਓ, ਲਾਜ਼ਮੀ ਕਰੀਓ ਕਿ ਅੱਲਾ ਹਾਫਿਜ਼।